वाहेगुरु जी का खालसा, वाहेगुरु जी की फतेह। बल्ले पंजाबियो, बड़ा तुसी सिला दिता, कदार दा सर्टिफिकेट वंडता, सब कुछ छड़ के थोड़े लिए आ गया। सारी जिंदगी जिवें ज्योया सी सब कुछ छड़ता, आपदे रिश्ते, आपदा काम, परसनल लाइफ सब कुछ छड़ता थोड़े लिए। तो मैं कीता की आ, सिर्फ थोड़े हकां लई लड़िया, थोड़े हकां दी आवाज बुलंद कीती आ। ए थोड़ा सिला थोड़े हकां लई लड़न दा, पंजाब दी आवाज बुलंद कीती आ, लोकां दी आवाज बुलंद कीती आ। की कीता मैं, किन्ने महीने हो गए थोनू ओह नहीं दिखे, किन्ने महीने सड़कां ते तंबूआं च लोकां दे नाल मिलदे गिलदे गल्लां करदे, किसे नू कुछ नहीं दिखिया। सरकारां नाल मत्था लाउंदे, अज एक बंदे नू फड़ के ओनू गिरदार बनाता। क्यों? क्योंकि 5 लाख बंदा लाल किले च सी, होर भी बथेरे साडे आगू फिर सिंगर सब उधर नू सी, पर एक बंदा कादे खातर, एक खाली पिया उथे जड़ा डंडा सी, उहदे ते साडे लोकां ने जाके आपदा रोस वजों सरकार नू जगाउण वास्ते किसानी दा झंडा ते निशान साहब लाता। उथे किसे ने स्टैंड नहीं लिया, किते ओ स्टैंड लिया हुंदा इह कह के वी जागो सरकार, जागो सानू साडे हक दिओ, किन्नी चढ़दी कला होनी सी। पर दीप सिद्धू एक गदार बनता, 5 लाख बंदे नू दीप सिद्धू पिछे ला के लै गया। थोनू कुछ नहीं दिखता, बस थोनू गल्लां ही कहनियां हुंदियां, लोकां ने गल्लां कहतियां, तुसी ओही गल्लां मन लिया। मेरी रूह दुखी आ, इस करके नहीं भी सरकारां की कह रही, इस करके भी आपदे लोग की कह रहे हैं। तुसी मैनू हर्ट किया, कोई नहीं खड़ूगा थोड़े लिए, कोई नहीं आऊगा थोड़े लिए लड़न, थोनू वर्तन आउणगे। मैं तां होंद दी लड़ाई लड़ रहा सी, होंद तां भाईओ तुसी आप ही खरी खरे खत्म करी बैठे हो। पंजाबियां दी ए तां होंद नहीं है, साडे लोकां दी ए होंद तां नहीं है, ए किरदार तां नहीं है। मेरे नाल तुसी कर की दित्ता, किसे नूं समझ नहीं आ रही मेरा हाल की आ। देख लो, आ देखो, थोड़े नाल तां यार जिहड़े साडे बिहार मजदूर इत्थे खेतां च काम करदे आ साडे, ओह चंगे आ। 2 दिन कोठे च अगलिया ने मैनूं टिकाणा दित्ता, ਉਹਨਾਂ ਦੇ ਨਾਲ ਰਿਹਾ, ਸੜਕਾਂ ਤੇ ਫਿਰਦਾ, ਕਦੇ ਇੱਕ ਪਾਸੇ ਨੂੰ ਕਦੇ ਦੂਜੇ ਪਾਸੇ ਨੂੰ, ਮਗਰ ਪੈ ਜਾਂਦੇ ਉਥੋਂ। ਉਥੇ ਲੜਾਂ ਤੁਹਾਡੇ ਨਾਲ ਖੜ ਕੇ, ਬੈਠਾ ਖੇਤ ਚ ਬੰਬੇ ਫਿਰਦਾ ਜੀ ਦੀਪ ਸਿੱਧੂ ਤਾਂ, ਹਜੇ ਵੀ ਇਹ ਅਪੀਲਾਂ ਕਰਦਾ ਫਿਰਦਾ, ਨਹੀਂ ਸਾਡੇ ਮੋਰਚੇ ਚ ਇਕੱਠੇ ਹੋ ਕੇ ਜਾਓ, ਕੋਈ ਨੀ ਦੀਪ ਸਿੱਧੂ ਪਾਸੇ ਹੋਜੂਗਾ, ਤੁਸੀਂ ਮੋਰਚੇ ਚ ਇਕੱਠੇ ਹੋ ਕੇ ਜਾਓ, ਅਸੀਂ ਮੋਰਚਾ ਜਿੱਤਣਾ, ਫਤਿਹ ਕਰਨਾ। ਆ ਮੇਰਾ ਖਾਣਾ, ਆ ਮੇਰਾ ਹਾਲ, ਆ ਕੇਲੇ ਕਿੰਨੂ ਖਾ ਕੇ ਗੁਜ਼ਾਰੇ ਕਰੀ ਜਾਂਦਾ, ਆ ਦੇਖੋ ਆ ਮੇਰੇ ਹਾਲ ਆ, ਇੱਥੇ ਰੋਟੀ ਨੂੰ ਤਰਸਦਿਆ ਫਿਰਦਾ। ਤੇ ਤੁਸੀਂ ਮੇਰੇ ਪਰਿਵਾਰ ਤੇ ਚੜ ਗਏ, ਮੇਰੇ ਪਿਓ ਨੂੰ ਉਹ ਕੋਈ ਆਪ ਸਟੇਟ ਦਾ ਬੰਦਾ, ਸੈਣੀ ਦਾ ਕਰੀਬ, ਉਹ ਆ ਕੇ ਮੇਰੇ ਪਿਓ ਤੇ ਲਾਹਨਤਾਂ ਲਾ ਰਿਹਾ, ਤੋਹਮਤਾਂ ਲਾ ਰਿਹਾ, ਜਿਹੜੇ ਪਿਓ ਨੇ ਸਭ ਕੁਛ ਵਾਰਤਾ,
ਸਾਨੂੰ ਵੀ ਸੜਕਾਂ ਤੇ ਪਾਲਿਆ ਦਸ ਦਸ ਰੁਪਈਆਂ ਦੇ ਮੁਹਤਾਜ ਹੁੰਦੇ ਸੀ ਕੋਠੀਆਂ ਚ ਰਹਿੰਦੇ ਸੀ ਜਿਹੜੇ ਦਸ ਦਸ ਰੁਪਈਆਂ ਦੇ ਕਿਉਂਕਿ ਸਭ ਕੁਛ ਵਾਰਤਾ ਤੁਹਾਡੇ ਤੇ ਹੀ ਵਾਰਿਆ ਕਿਰਾਇਆਂ ਤੇ ਪਲੇ ਆ ਕਿਰਾਇਆਂ ਤੇ ਰਹੇ ਆ ਕਿਰਾਏ ਨੀ ਹੁੰਦੇ ਸੀ ਜੇਬ ਚ ਅੱਜ ਉਸ ਪਿਓ ਦੀਆਂ ਸਫਾਈਆਂ ਦੇਊਂਗਾ ਮੈਂ ਕੌਣ ਲੜੂਗਾ ਤੁਹਾਡੇ ਲਈ ਨੀ ਕੋਈ ਲੜ ਸਕਦਾ ਤੁਹਾਡੇ ਚ ਹੈ ਨੀ ਗੈਰਤੀ ਹੈ ਨੀ ਤੁਹਾਡੇ ਚ ਤੁਸੀਂ ਅੱਜ ਮੈਨੂੰ ਇਮੋਸ਼ਨਲ ਕਰਤਾ ਮੇਰੀ ਮੇਰੀ ਰੂਹ ਅੱਜ ਦੁਖੀ ਆ ਤੁਹਾਡੇ ਤੋਂ ਤੁਸੀਂ ਮੈਨੂੰ ਕਿਦਾਰ ਦੱਸਦੇ ਹੋ ਮੈਨੂੰ ਸਰਕਾਰਾਂ ਦੇ ਬੰਦੇ ਆਏ ਨੀ ਫਿਰਦੇ ਹੁੰਦੇ ਸਰਕਾਰਾਂ ਦੇ ਬੰਦੇ ਤਾਂ ਫਿਰ ਹੋਟਲਾਂ ਚ ਹੋਣੇ ਚਾਹੀਦੇ ਸੀ ਵੱਡੇ ਵੱਡੇ ਰਿਜ਼ੋਰਟਾਂ ਚ ਹੋਣੇ ਚਾਹੀਦੇ ਸੀ ਜੇ ਸਰਕਾਰਾਂ ਦੇ ਨਾਲ ਮਿਲ ਕੇ ਗੱਲਾਂ ਕੋਈ ਕਰਦਾ ਤਾਂ ਜ਼ਿੰਦਗੀ ਦੇ 20 ਸਾਲ ਸਨੀ ਦਿਓਲ ਨੂੰ ਦਿੱਤੇ ਉਹਦੀਆਂ ਚੋਣਾਂ ਚ 20 ਦਿਨ ਉਹ ਆਪਦੀ ਜ਼ਿੰਦਗੀ ਦੇ 20 ਦਿਨ ਸਨੀ ਦਿਓਲ ਦੇ ਨਾਲ ਵੀ ਉਹ ਮੇਰਾ ਕੋਈ ਨੀ ਭਰਾ ਮੇਰਾ ਦੋਸਤ ਆ ਉਹਦੀਆਂ ਚੋਣਾਂ ਚ ਲਾਏ ਕਦੇ ਉੱਥੇ ਕੋਈ ਇੰਟਰਵਿਊ ਕੱਢ ਕੇ ਦੇਖ ਲੋ ਕਦੇ ਬੀਜੇਪੀ ਵਾਸਤੇ ਕੋਈ ਵੋਟ ਨੀ ਮੰਗੀ ਤੁਸੀਂ ਮੈਨੂੰ ਆਰਐਸਐਸ ਬੀਜੇਪੀ ਗਦਾਰ ਤੇ ਉਹ ਸਨੀ ਦਿਓਲ ਬਾਰ ਬਾਰ ਪੋਸਟਾਂ ਪਾਉਂਦਾ ਬਾਰ ਬਾਰ ਪੋਸਟਾਂ ਪਾਉਂਦਾ ਕਹਿ ਦੋ ਸਨੀ ਦਿਓਲ ਨੂੰ ਵੀ ਅੱਜ ਕਹਿੰਦਾ ਮੈਂ ਸਨੀ ਦਿਓਲ ਨੂੰ ਤੂੰ ਗਲਤ ਆ ਬਾਈ ਓਏ ਤੂੰ ਛੱਡ ਗਿਆ ਸਾਥ ਜਿੱਥੇ ਤੁਹਾਨੂੰ ਖੜਾ ਰਹਿਣਾ ਚਾਹੀਦਾ ਸੀ ਅੱਜ ਤੱਕ ਹਰ ਬੰਦੇ ਨੂੰ ਇੱਜ਼ਤ ਦਿੱਤੀ ਆ ਨਾ ਲੈ ਕੇ ਕਿਸੇ ਦੇ ਖਿਲਾਫ ਕੁਛ ਬੋਲਿਆ ਹੋਵਾਂ ਨਾ ਲੈ ਕੇ ਸਿਰਫ ਮੈਂ ਖੜਾ ਰਿਹਾ ਤਾਂ ਸੰਘਰਸ਼ ਆਪਦੇ ਦਿਲ ਤੋਂ ਆਪਦੀ ਰੂਹ ਤੋਂ ਪੁੱਛੋ ਸੰਘਰਸ਼ ਕਿੱਥੋਂ ਤੱਕ ਪਹੁੰਚ ਗਿਆ ਮੈਂ ਡਰਦਾ ਕਿਸੇ ਪੁਲਿਸ ਪਲਸ ਤੋਂ ਨੀ ਡਰਦਾ ਮੈਂ ਕੋਈ ਨੀ ਚੱਕ ਲੈਣਗੇ ਪਰ ਮੇਰੇ ਕੋਲੇ ਬਹੁਤ ਕੁਛ ਆ ਮੈਂ ਪੀ ਜਾਂਦਾ ਪਰ ਇਸ ਕਰਕੇ ਕਿਉਂਕਿ ਸੰਘਰਸ਼ ਹਜੇ ਚੱਲ ਰਿਹਾ ਸੰਘਰਸ਼ ਦਾ ਏਕਾ ਬਣਾਈ ਰੱਖੋ ਹਜੇ ਵੀ ਮੈਂ ਪਿੰਡਾਂ ਵਾਲਿਆਂ ਨੂੰ ਸਾਡਿਆਂ ਨੂੰ ਸਾਡੇ ਸਾਰੇ ਪੰਜਾਬ ਹਰਿਆਣੇ ਯੂਪੀ ਸਭ ਬੰਦਿਆਂ ਨੂੰ ਬੇਨਤੀ ਕਰਦਾ ਬਿਹਾਰ ਵਾਲਿਆਂ ਨੂੰ ਵੀ ਜਾਓ ਬਾਈ ਮੋਰਚੇ ਚ ਜਾਓ ਇਕੱਠੇ ਹੋ ਕੇ ਕੋਈ ਗੱਲ ਨੀ ਸੱਚ ਤਾਂ ਨਿੱਤਰ ਹੀ ਆਉਣਾ ਹੁੰਦਾ ਇੱਕ ਦਿਨ ਆ ਪੱਲੀਆਂ ਜੋੜੀ ਬੈਠੇ ਆ ਯਾਰ ਆਹ ਸੀਵਰਾਂ ਵਾਲੇ ਪਾਈਪ ਪਏ ਆ ਬਈਆ ਇਧਰ ਕੋ ਕਰਨਾ ਯਾਰ ਇਧਰ ਦਿਖਾਣਾ ਇੱਥੇ ਦੀਪ ਸਿੱਧੂ ਰਹਿੰਦਾ ਹੁੰਦਾ ਸੀ ਆ ਬਿਹਾਰੀ ਬੰਦੇ ਚੰਗੇ ਆ ਯਾਰ ਤੁਹਾਡੇ ਤੋਂ ਜਿਹੜੇ ਮੈਨੂੰ ਅੱਜ ਜਿਵੇਂ ਵਿਚਾਰਿਆਂ ਨੇ ਮਾੜਾ ਮੋਟਾ ਕਰਕੇ ਆਪਦਾ ਸਾਂਭੀ ਤਾਂ ਬੈਠੇ ਆ ਤੁਸੀਂ ਤਾਂ ਕਿਸੇ ਕੰਮ ਦੇ ਨੀ ਤੁਸੀਂ ਗੁਰੂਆਂ ਤੋਂ ਬੇਮੁੱਖ ਹੋ ਗਏ ਤੁਸੀਂ ਗੁਰੂਆਂ ਦਾ ਸਾਥ ਛੱਡਤਾ ਮੈਂ ਕਿਹੜੇ ਕਿਸੇ ਕੰਮ ਦੇ ਨੀ ਜਿਹੜੇ ਪਾਸੇ ਨੂੰ ਤੁਰ ਪਏ ਬਸ ਉਧਰ ਨੂੰ ਜਿਨ ਤੁਹਾਨੂੰ ਭੇਡ ਚਾਲ ਉਧਰ ਨੂੰ ਹੀ ਭੇਡ ਚਾਲ ਦੀਪ ਸਿੱਧੂ ਹੱਕਾਂ ਦੀ ਲੜਾਈ ਲੜਨ ਆਇਆ ਸੀ ਆ ਇੱਕ ਭੈਣ ਨੇ ਰੱਖੜੀ ਬੰਨਤੀ ਕਹਿੰਦੀ ਨਹੀਂ ਤੂੰ ਮੇਰੇ ਭਾਈ ਹੋ ਜੈਸਾ ਮੇਰਾ ਭਾਈ ਮੇਰੇ ਦੇਸ਼ ਮੇ ਹੈ ਵੈਸੇ ਤੂੰ ਮੇਰੇ ਭਾਈ ਹੋ ਕੁਛ ਨਹੀਂ ਹੋਗਾ ਤੁਮੇ ਸਭ ਸਭ ਸਾਲੇ ਸਾਥ ਛੱਡ ਕੇ ਸੋਹਾਂ ਖਾ ਖਾ ਇੱਕ ਦਿਨ ਪਟਿਆਲੇ ਗਿਆ ਇੱਥੋਂ ਪਟਿਆਲੇ ਗਿਆ ਪਟਿਆਲਾ ਪੁਲਿਸ ਨੇ ਟਰੈਪ ਲਾ ਤਾ ਪੁੱਛ ਲੋ ਇਹਨਾਂ ਪੁਲਿਸ ਵਾਲਿਆਂ ਨੂੰ ਜੇ ਝੂਠ ਬੋਲਦਾ ਤਾਂ ਦੋ ਦਿਨ ਪਹਿਲਾਂ ਉਹ ਪ੍ਰਮਾਤਮਾ ਵਾਹਿਗੁਰੂ ਨੇ ਬਚਾਇਆ ਕਿਉਂਕਿ ਅਸੀਂ ਝੂਠੇ ਨਹੀਂ ਆ ਨਾ ਹੀ ਗਦਾਰ ਆ ਗੈਰਤ ਜਿਨ੍ਹਾਂ ਚ ਮਰ ਜਾਂਦੀ ਹੈ ਨਾ ਗਦਾਰ ਉਹ ਹੁੰਦੇ ਆ ਜਿਹੜੇ ਅੰਦਰ ਗੈਰਤ ਸਾਂਭੀ ਰੱਖੀ ਪਏ ਹੁੰਦੇ ਆ ਉਹ ਗਦਾਰ ਨਹੀਂ ਹੁੰਦੇ ਸੱਚ ਨੇ ਤਾਂ ਸਾਹਮਣੇ ਆਉਣਾ ਹੀ ਆ ਇੱਕ ਦਿਨ ਰੋਟੀਆਂ ਖਾਈ ਜਾਂਦੇ ਹੋਵੋਗੇ ਨਾ ਤੁਸੀਂ ਆਪਦੀਆਂ ਘਰਾਂ ਚ ਬਹਿ ਕੇ ਜ਼ਮੀਨਾਂ ਬਚਾਉਣ ਨੂੰ ਤੁਸੀਂ ਤੁਰੇ ਹੋ ਨਾ ਗੈਰਤਾਂ ਮਾਰ ਕੇ ਬਚਾ ਲੋ ਝੂਠ ਮਾਰ ਕੇ ਬਚਾ ਲੋ ਜਿਹੜੇ ਸਾਡੇ ਬੰਦੇ ਉੱਥੇ ਲਾਲ ਕਿਲੇ ਤੇ ਗਏ ਆ 5 ਲੱਖ ਬੰਦਾ ਗਦਾਰ ਕਹਿਤਾ ਤੁਸੀਂ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਪਿੱਛੇ ਜਿਹੜੇ ਲਾਲ ਕਿਲੇ ਵੱਲ ਨੂੰ ਤੁਰੇ ਸੀ ਆਪਦੀਆਂ ਰੂਹਾਂ ਤੋਂ ਪੁੱਛੋ ਤੁਸੀਂ ਪੁੱਛੋ ਤਾਂ ਸਹੀ ਅੰਦਰੋਂ ਜਵਾਬ ਕੀ ਮਿਲਦਾ ਤੁਹਾਨੂੰ ਆਪਦੇ ਆਪ ਨੂੰ ਅੰਦਰ ਝਾਤੀ ਤਾਂ ਮਾਰੋ
ਆ ਵਿੱਚੋਂ ਕੋਈ ਦੁਖੀ ਤਿੱਕੀ ਜੇ ਉੱਠ ਕੇ ਦੀਪ ਸਿੱਧੂ ਨੇ ਧਿਰ ਬਣਾਉਣੀ ਸੀ ਬੱਚੇ ਦੀ ਸੌ ਦੀਪ ਸਿੱਧੂ ਨੇ ਕਿਹਾ ਦੀਪ ਸਿੱਧੂ ਤੁਹਾਨੂੰ ਸਾਹਮਣੇ ਨਹੀਂ ਖੜਾ ਕਰਦਾ ਤੁਸੀਂ ਦੀਪ ਸਿੱਧੂ ਦੀ ਗੱਲ ਕਰਦੇ ਹੋ ਧਿਰ ਬਣਾਉਣੀ ਸੀ ਦੀਪ ਸਿੱਧੂ ਨੇ ਧਿਰ ਬਣਾਉਣੀ ਹੁੰਦੀ ਸਾਹਮਣੇ ਆ ਕੇ ਕਹੂਗਾ ਦੀਪ ਸਿੱਧੂ ਧਿਰ ਬਣਾਉਣੀ ਆ ਨਹੀਂ ਪਰ ਦੀਪ ਸਿੱਧੂ ਦੇ ਦੋਸਤ ਨਾਲ ਮੈਂ ਗੱਲ ਕੀਤੀ ਸੀ ਦੀਪ ਸਿੱਧੂ ਦੇ ਦੋਸਤ ਨੇ ਕਿਹਾ ਇੱਕੋ ਟਾਟ ਬੰਦਾ ਮੇਰੇ ਪਿਓ ਤੇ ਉਸ ਪਿਓ ਤੇ ਜਿਹਦੀ ਖਾਤਰ ਮੈਂ ਤਾਂ ਲਾਉਂਗਾ ਮਿੱਤਰੋ ਜੇਲ੍ਹ ਜੇਲ੍ਹ ਜੂਲ ਜਾਣ ਤੋਂ ਨਹੀਂ ਮੈਂ ਹੁਣ ਡਰਦਾ ਪਰ ਜਿੱਦਾਂ ਬਾਹਰ ਨਿਕਲਿਆ ਨਾ ਵਾਣੀ ਪਾਊਂਗਾ ਇੱਕ ਇੱਕ ਬੰਦੇ ਨੂੰ ਵਾਣੀ ਪਾਊਂਗਾ ਯਾਦ ਰੱਖਿਓ ਜਿੱਥੇ ਤੁਸੀਂ ਪਹੁੰਚਾਤਾ ਨਾ ਮੈਨੂੰ ਜੋ ਜੋ ਤੁਸੀਂ ਗੱਲਾਂ ਕਹੀਆਂ ਮੇਰਾ ਤਾਂ ਤੁਸੀਂ ਝੰਜੋੜਤਾ ਸਭ ਕੁਛ ਸਭ ਕੁਛ ਇੱਕ ਇੱਕ ਗੱਲ ਦਾ ਜਵਾਬ ਆ ਮੇਰੇ ਕੋਲੇ ਇੱਕ ਇੱਕ ਬੰਦੇ ਦੀ ਗੱਲ ਆ ਮੇਰੇ ਕੋਲੇ ਪਰ ਨਹੀਂ ਪੀਜਾ ਮਿੱਤਰਾ ਟਾਈਮ ਨਹੀਂ ਆ ਵਾਹਿਗੁਰੂ ਨੇ ਜੋ ਲਿਖਿਆ ਉਹਨਾਂ ਨੇ ਆਪ ਬਹੁਤ ਕੁਛ ਝੱਲਿਆ ਸਾਡੇ ਗੁਰੂਆਂ ਨੇ ਸਾਡੇ ਰਹਿਬਰਾਂ ਨੇ ਬੜਾ ਕੁਛ ਝੱਲਿਆ ਝੱਲਣਾ ਪੈਂਦਾ ਹੁੰਦਾ ਝੱਲੀ ਜਾਂਦੇ ਆ ਪਰ ਇੱਕ ਜਜ਼ਬਾਤੀ ਬੰਦੇ ਤੇ ਜੋ ਜਜ਼ਬਾਤ ਤੁਸੀਂ ਹਰਟ ਕੀਤੇ ਆ ਸੱਟ ਮਾਰੀ ਆ ਨਾ ਤੁਸੀਂ ਤੁਸੀਂ ਰੂਹ ਤੇ ਸੱਟ ਮਾਰੀ ਆ ਕਿਵੇਂ ਰੱਬ ਤੁਹਾਨੂੰ ਮਾਫੀ ਦੇਊਗਾ ਕਿਹੜੇ ਰੱਬ ਤੋਂ ਮਾਫੀ ਮੰਗੋਗੇ ਕਿਹੜੇ ਤੁਹਾਡੇ ਅੰਦਰ ਹੈਗੀ ਆ ਹਜੇ ਸੋਲ ਤੁਹਾਡੀ ਜਿਉਂਦੀ ਆ ਮਾਫੀ ਮੰਗ ਲਓਗੇ ਤੁਸੀਂ ਇੰਨੇ ਜੋਗੇ ਹੈਗੇ ਹੋ ਰੱਬ ਤੋਂ ਮਾਫੀ ਮੰਗੋਗੇ ਤੁਸੀਂ ਨਹੀਂ ਦੇਣੀ ਉਹਨੇ ਮਾਫੀ ਨਹੀਂ ਦੇਣੀ ਕਿੱਥੇ ਭੱਜ ਲਓਗੇ ਜ਼ਮੀਨਾਂ ਜਾਇਦਾਦਾਂ ਲੈ ਕੇ ਭੱਜ ਲਓਗੇ ਨਹੀਂ ਮਿੱਤਰੋ ਇੱਕ ਦਿਨ ਤਾਂ ਸਾਹਮਣਾ ਕਰਨਾ ਹੀ ਪਊਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਤੇ ਉਹਨੇ ਮਾਫੀ ਨਹੀਂ ਦੇਣੀ ਤੁਹਾਨੂੰ ਚੜ੍ਹਦੀ ਕਲਾ ਚਾ ਮੈਂ ਚੜ੍ਹਦੀ ਕਲਾ ਚਾ ਮੈਂ ਸਿਰਫ ਜਜ਼ਬਾਤੀ ਹਾਂ ਕਿਉਂਕਿ ਆਪਦੇ ਸਾਥ ਛੱਡ ਕੇ ਸਾਡੇ ਬਿਹਾਰੀ ਤੁਹਾਡੇ ਤੋਂ ਚੰਗੇ ਆ ਸੌ ਗੁਣਾ ਦਰ ਤੁਹਾਡੀਆਂ ਜ਼ਮੀਨਾਂ ਸਾਂਭਦੇ ਆ ਕੇ ਇੱਥੇ ਇਹਨਾਂ ਨੂੰ ਪਤਾ ਜ਼ਮੀਨਾਂ ਦਾ ਮੁੱਲ ਕੀ ਆ ਤੁਸੀਂ ਤਾਂ ਭੁੱਲ ਗਏ ਤੁਸੀਂ ਤਾਂ ਆਪਦੇ ਮਾਂ ਦੇ ਨਹੀਂ ਰਹੇ ਆਪਦੀ ਧਰਤੀ ਆਪਦੀ ਮਾਂ ਦੇ ਨਹੀਂ ਰਹੇ ਤੁਸੀਂ ਕੌਣ ਖੇਤੀ ਕਰਦਾ ਤੁਹਾਡੇ ਚੋਂ ਸਿਆਸਤ ਕਰਦੇ ਹੋ ਤੁਸੀਂ ਤੁਹਾਨੂੰ ਸਿਆਸਤ ਆਉਂਦੀ ਆ ਜੇ ਮੈਨੂੰ ਸਿਆਸਤ ਆਉਂਦੀ ਹੁੰਦੀ ਨਾ ਜਿੰਨੇ ਲੱਖਾਂ ਲੋਕ ਮੈਨੂੰ ਮਿਲਦੇ ਫੋਟੋਆਂ ਖਿਚਾ ਕੇ ਗਏ ਆ ਹਰ ਕਿਸੇ ਦਾ ਮੈਂ ਸਾਂਭੀ ਬੈਠਾ ਹੁੰਦਾ ਸਭ ਕੁਛ ਵੀ ਆ ਜਾਓ ਬਈ ਕਰੀਏ ਡਰਾਮੇ ਅੱਗੇ ਵੀ ਪਰ ਉਹ ਡਰਾਮੇ ਮੇਰੇ ਤੋਂ ਹੋਏ ਨਹੀਂ ਕਿਉਂਕਿ ਸਿਆਸਤ ਕਰਨੀ ਨਹੀਂ ਆਇਆ ਸੀ ਮੈਂ ਸਿਰਫ ਤੁਹਾਡੀ ਆਵਾਜ਼ ਬੁਲੰਦ ਤੁਹਾਡੇ ਹੱਕਾਂ ਖਾਤਰ ਲੜਨ ਆਇਆ ਸੀ ਤੁਹਾਡੇ ਨਾਲ ਗੱਲਾਂ ਕੀ ਕੀਤੀਆਂ ਜਾਣ ਇੰਨੇ ਜੋਗੇ ਹੈ ਨਹੀਂ ਤੇ ਜਿਨ੍ਹਾਂ ਚ ਗੈਰਤ ਜਿਉਂਦੀ ਆ ਉਹਨਾਂ ਕੋਲੇ ਹਜੇ ਵੀ ਅੰਦਰ ਸੱਚ ਨੂੰ ਉਹ ਸਾਂਭੀ ਬੈਠੇ ਆ ਉਹਨਾਂ ਤੇ ਮਾਣ ਆ ਮੈਨੂੰ ਉਹਨਾਂ ਰੂਹਾਂ ਤੇ ਮਾਣ ਆ ਜਿਹੜੇ ਕੋਈ ਦੋ ਚਾਰ ਬੋਲੀ ਜਾਂਦੇ ਆ ਜੇ ਲਾਲ ਕਿਲਾ ਸਾਡਾ ਤਾਂ ਉਹ ਝੰਡੇ ਜਿੱਥੇ ਉਹ ਡੰਡਾ ਲੱਗਿਆ ਸੀ ਉਹ ਵੀ ਸਾਡਾ ਉਹਦੇ ਤੇ ਕਿਸਾਨੀ ਦਾ ਝੰਡਾ ਨਿਸ਼ਾਨ ਸਾਹਿਬ ਲਾ ਕੇ ਕੀ ਗੁਨਾਹ ਕਰਤਾ ਬਈ ਲੋਕਾਂ ਨੇ ਸਾਰੇ ਜੇ ਉੱਥੇ 5 ਲੱਖ ਬੰਦਾ ਇਕੱਠਾ ਸੀ ਇੱਕ ਬੰਦਾ ਤੁਹਾਨੂੰ ਮਿਲ ਗਿਆ ਉਹਦੇ ਸਿਰੇ ਸਾਰੀ ਗੱਲ ਮੜਤੀ ਕਿਸੇ ਨੇ ਸਾਥ ਨਹੀਂ ਦਿੱਤਾ ਕੋਈ ਸਟੈਂਡ ਨਹੀਂ ਲਿਆ ਕਿਸੇ ਨੇ ਕੋਈ ਗੱਲ ਨਹੀਂ ਸੋਚੀ ਲੱਖੇ ਨੇ ਤੁਹਾਡਾ ਕੀ ਮਾੜਾ ਕਰਤਾ ਬਈ ਦਿਨ ਰਾਤ ਉਹਨੇ ਨਹੀਂ ਦਿੱਤਾ ਪਿੰਡਾਂ ਚ ਜਾ ਜਾ ਸ਼ਹਿਰਾਂ ਚ ਜਾ ਜਾ ਸੜਕਾਂ ਤੇ ਤੰਬੂਆਂ ਚ ਕੀ ਮਾੜਾ ਕਰਤਾ ਉਹਨੇ ਤੁਹਾਡਾ ਉਹ ਵੀ ਗਦਾਰ ਆ ਬੱਲੇ ਵਾਹ ਜਵਾਨੋ ਨਹੀਂ ਰੀਸਾਂ ਤੁਹਾਡੀਆਂ ਤੁਸੀਂ ਆਪਦੇ ਕਿਰਦਾਰ ਨਹੀਂ ਛੱਡੇ ਤੁਸੀਂ ਗੁਰੂਆਂ ਨਾਲੋਂ ਸ਼ਹੀਦਾਂ ਨਾਲੋਂ ਸਾਡੇ ਸੰਘਰਸ਼ੀ ਬੰਦਿਆਂ ਨਾਲੋਂ ਕਿਵੇਂ ਟੁੱਟੇ ਹੋ ਇਤਿਹਾਸ ਗਵਾਹ ਇੱਕ ਇੱਕ ਗੱਲ ਮੈਂ ਤੁਹਾਨੂੰ ਇਤਿਹਾਸ ਚੋਂ ਇੱਕ ਇੱਕ ਵੇਰਵਾ ਦੇ ਦਿੰਦਾ ਕਿਵੇਂ ਟੁੱਟੇ ਹੋ ਤੁਸੀਂ
मुड़ के बरसिया ते कठे जरूर हो जाने हैं। बरसिया मनाउन जोगे हो, इतिहास रचना थोनू नहीं आता, इतिहास कमाना नहीं आता। मानसिकता च ना थोड़े जिहड़े संगल गुलामी दे मानसिकता च सोच ही गुलाम हुंदी आ। गुलाम अजकल कोई बंदा संगलां च जगड़िया नहीं हुंदा, सोच गुलाम हुंदी आ। कोई नहीं, मिलते हैं, सत श्री अकाल।